2019 ਦੀ ਲੋਕ ਸਭਾ ਚੋਣਾਂ ਦਾ ਆਗਾਜ਼ ਆਮ ਆਦਮੀ ਪਾਰਟੀ ਚੰਡੀਗੜ੍ਹ 'ਚ ਇੱਕ ਵੱਡੀ ਰੈਲੀ ਕਰਕੇ ਕਰਨ ਵਾਲਾ। ਤੁਹਾਨੂੰ ਦੱਸ ਦਈਏ ਇਸ ਵੇਲੇ ਅਸੀਂ ਮੌਜੂਦ ਹਾਂ ਚੰਡੀਗੜ੍ਹ ਸੈਕਟਰ 25 ਦੇ ਰੈਲੀ ਗਰਾਊਂਡ ਦੇ ਅੰਦਰ, ਜਿੱਥੇ ਕਿ ਥੋੜ੍ਹੀ ਹੀ ਦੇਰ 'ਚ ਇੱਕ ਬਹੁਤ ਵੱਡੀ ਰੈਲੀ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਦੇ ਕਾਰਕਰਤਾ ਵੱਲੋਂ। ਤੁਹਾਨੂੰ ਦੱਸ ਦਈਏ ਇੱਥੇ ਮੌਜੂਦ ਹੋਣਗੇ ਦਿੱਲੀ ਦੇ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ, ਉਹਨਾਂ ਦੇ ਨਾਲ ਹੀ ਮੌਜੂਦ ਰਹਿਣਗੇ ਭਗਵੰਤ ਮਾਨ ਅਤੇ ਨਾਲ ਹੀ ਇੱਧਰ ਸ਼ਤਰੂਗਨ ਸਿਨਹਾ ਅਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਚਿਹਰੇ ਇੱਥੇ ਮੌਜੂਦ ਰਹਿਣਗੇ। ਤੁਹਾਨੂੰ ਦੱਸ ਦਈਏ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਕਿ VIP ਕਲਚਰ ਹਟਾਉਣਾ ਚਾਹੁੰਦੇ ਨੇ, ਦੂਜੇ ਹੀ ਪਾਸੇ ਆਮ ਆਦਮੀ ਪਾਰਟੀ ਇੱਕ VIP ਕਲਚਰ ਦਾ ਉਦਾਹਰਣ ਖੁਦ ਦੇ ਰਹੇ ਨੇ। ਤੁਸੀਂ ਵੇਖ ਸਕਦੇ ਹੋ ਕਿ ਪੰਡਾਲ 'ਚ ਦੋ ਸਟੇਜ ਲੱਗੇ ਹੋਏ ਨੇ, ਇੱਕ ਜਿਹੜਾ ਸਟੇਜ ਹੈ ਉਹ ਅਰਵਿੰਦ ਕੇਜਰੀਵਾਲ ਲਈ ਬਣਾਇਆ ਗਿਆ ਕਿਉਂਕਿ ਉਹ ਪਾਰਟੀ ਦੇ ਹੈੱਡ ਨੇ, ਉਹਨਾਂ ਦੇ ਲਈ ਇੱਕ ਵੱਖਰਾ ਸਟੇਜ ਬਣਾਇਆ ਗਿਆ, ਅਤੇ ਦੂਜਾ ਜਿਹੜਾ ਸਟੇਜ ਹੈ ਉੱਥੇ ਪਾਰਟੀ ਦੇ ਆਮ ਜਿਹੜੇ ਕਾਰਕਰਤਾ ਨੇ ਉਹ ਬੈਠਣਗੇ। ਅਤੇ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ VIP ਕਲਚਰ ਨੂੰ ਹਟਾਉਣਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਵਾਲੇ, ਉੱਥੇ ਹੀ ਆਮ ਆਦਮੀ ਪਾਰਟੀ ਖੁਦ ਹੀ VIP ਕਲਚਰ ਦਾ ਉਦਾਹਰਣ ਦੇ ਰਹੀ ਹੈ। ਅਤੇ ਦੂਜੇ ਪਾਸੇ ਤੁਹਾਨੂੰ ਜੇ ਅਸੀਂ ਦਿਖਾਈਏ ਕਿ ਜਿਹੜੇ ਪੰਡਾਲ ਲੱਗੇ ਹੋਏ ਨੇ, ਪੰਡਾਲ 'ਚ ਕੁਰਸੀਆਂ ਕਾਫੀ ਇੱਥੇ ਲਗਾਈ ਗਈਆਂ ਸੀਗੀਆਂ ਇਸ ਭੀੜ ਨੂੰ ਮੱਦੇਨਜ਼ਰ ਰੱਖਦੇ ਹੋਏ, ਲੇਕਿਨ ਇੱਥੇ ਹਜੇ ਤੱਕ ਤੁਸੀਂ ਵੇਖ ਸਕਦੇ ਹੋ ਕਿ ਜ਼ਿਆਦਾਤਰ ਕੁਰਸੀਆਂ ਖਾਲੀ ਪਈਆਂ ਨੇ। ਜਿੰਨੀ ਉਮੀਦ ਸੀਗੀ ਆਮ ਆਦਮੀ ਪਾਰਟੀ ਨੂੰ ਇੱਥੇ ਲੋਕਾਂ ਦਾ ਇਕੱਠ ਹੋਣ ਦੀ, ਉਹ ਉਨਾ ਇਕੱਠ ਇੱਥੇ ਨਹੀਂ ਹੁੰਦਾ ਨਜ਼ਰ ਆ ਰਿਹਾ, ਅਤੇ ਕੁਛ ਹੀ ਪਲਾਂ 'ਚ ਇਹ ਜਿਹੜੀ ਰੈਲੀ ਹੈ ਉਹ ਸ਼ੁਰੂ ਹੋਣ ਵਾਲੀ ਹੈ। ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ 11 ਵਜੇ ਦੇ ਚੰਡੀਗੜ੍ਹ 'ਚ ਪਹੁੰਚ ਚੁੱਕੇ ਨੇ, 11 ਵਜੇ ਉਹ ਇੱਥੇ ਚੰਡੀਗੜ੍ਹ ਪਹੁੰਚ ਚੁੱਕੇ ਸੀਗੇ, ਅਤੇ ਹੁਣੇ ਚੰਡੀਗੜ੍ਹ ਦੇ UT ਗੈਸਟ ਹਾਊਸ 'ਚ ਮੌਜੂਦ ਨੇ, ਅਤੇ ਉਸ ਤੋਂ ਬਾਅਦ ਵੀ ਇੱਥੇ ਨਹੀਂ ਆਏ ਕਿਉਂਕਿ ਅਜੇ ਤੱਕ ਇੱਥੇ ਕੋਈ ਜ਼ਿਆਦਾ ਇਕੱਠ ਉਹਨਾਂ ਦੀ ਐਕਸਪੈਕਟੇਸ਼ਨ ਦੇ ਮੁਤਾਬਿਕ ਅਜੇ ਤੱਕ ਨਹੀਂ ਹੋਇਆ। ਅਤੇ ਜਿਹੜਾ ਵੱਡਾ ਸਵਾਲ ਖੜਾ ਹੁੰਦਾ ਉਹ ਹੈ ਕਿ ਇਹਨਾਂ ਨੂੰ ਜਿਹੜੀ ਲੋਕ ਸਭਾ ਚੋਣਾਂ ਨੇ ਉੱਥੇ ਵੀ ਇੱਦਾਂ ਹੀ ਜਿਵੇਂ ਇੱਧਰ ਇਸ ਰੈਲੀ 'ਚ ਖਾਲੀ ਕੁਰਸੀਆਂ ਵੇਖਣ ਨੂੰ ਮਿਲ ਰਹੀਆਂ ਨੇ, ਉੱਥੇ ਵੀ ਇਹਨਾਂ ਨੂੰ ਇਹੋ ਜਿਹਾ ਮਾਹੌਲ ਵੇਖਣ ਨੂੰ ਮਿਲੇਗਾ ਜਾਂ ਨਹੀਂ? ਕੈਮਰਾਮੈਨ ਦੀਪਕ ਦੇ ਨਾਲ ਅਨਮੋਲ ਸਿੰਘ ਗੁਲਾਟੀ, ਦੈਨਿਕ ਸਵੇਰਾ, ਚੰਡੀਗੜ੍ਹ। ਪੰਜਾਬ, ਦੇਸ਼ ਅਤੇ ਦੁਨੀਆ ਦੀਆਂ ਵੱਡੀਆਂ ਖਬਰਾਂ ਜੇਕਰ ਤੁਸੀਂ ਡਾਇਰੈਕਟ ਆਪਣੇ ਫੋਨ 'ਤੇ ਦੇਖਣਾ ਚਾਹੁੰਦੇ ਹੋ ਤਾਂ ਇਸ ਨੰਬਰ ਨੂੰ ਪਹਿਲਾਂ ਆਪਣੇ ਫੋਨ ਦੇ ਵਿੱਚ ਸੇਵ ਕਰੋ ਅਤੇ ਫਿਰ ਇਸ ਨੰਬਰ ਦੇ ਉੱਤੇ ਇੱਕ ਮਿਸਡ ਕਾਲ ਮਾਰੋ। ਅਸੀਂ ਤੁਹਾਨੂੰ ਦੈਨਿਕ ਸਵੇਰਾ ਦੇ ਇੱਕ ਵਟਸਐਪ ਗਰੁੱਪ ਦੇ ਵਿੱਚ ਐਡ ਕਰਾਂਗੇ ਜਿੱਥੇ ਸਿਰਫ ਅਸੀਂ ਤੁਹਾਡੇ ਤੱਕ ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਪਹੁੰਚਾ ਸਕਾਂਗੇ।